ਦਿੱਲੀ ਵਿੱਚ ਮਨਜੀਤ ਸਿੰਘ ਜੀਕੇ ਗਰੁੱਪ ਦੇ ਨਾਲ ਸੰਬੰਧਿਤ ਇੱਕ ਵਟਸਐਪ ਗਰੁੱਪ ਦੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਵਟਸਐਪ ਗਰੁੱਪ ਦੇ ਇੱਕ ਮੈਂਬਰ ਨੇ ਗਰੁੱਪ ਦੇ ਵਿੱਚ ਇੱਕ ਅਸ਼ਲੀਲ ਫੋਟੋ ਸ਼ੇਅਰ ਕਰ ਦਿੱਤੀ। ਜੀ ਹਾਂ, ਦਿੱਲੀ ਵਿੱਚ ਅਕਾਲੀ ਦਲ ਬਾਦਲ ਦੇ ਮਨਜੀਤ ਸਿੰਘ ਜੀਕੇ ਧੜੇ ਦੇ ਖ਼ਬਰਾਂ ਬਾਰੇ ਬਣੇ ਹੋਏ ਵਟਸਐਪ ਗਰੁੱਪ ਦੇ ਵਿੱਚ ਇੱਕ ਅਕਾਲੀ ਨੇ ਚੋਣਾਂ ਨਾਲ ਜੋੜ ਕੇ ਇੱਕ ਕੁੜੀ ਦੀ ਅਸ਼ਲੀਲ ਫੋਟੋ ਪਾ ਦਿੱਤੀ, ਜਿਸ ਤੋਂ ਬਾਅਦ ਗਰੁੱਪ ਦੇ ਵਿੱਚ ਫੋਟੋ ਨੂੰ ਲੈ ਕੇ ਰੌਲਾ ਪੈ ਗਿਆ। ਪਰ ਇਸ ਰੌਲੇ ਦੇ ਬਾਵਜੂਦ ਵੀ ਫੋਟੋ ਨਹੀਂ ਹਟਾਈ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ ਕਰੀਬੀ ਅਤੇ ਦਿੱਲੀ ਕਮੇਟੀ ਦੇ ਸਾਬਕਾ ਮੀਡੀਆ ਸਲਾਹਕਾਰ ਪਰਮਿੰਦਰਪਾਲ ਸਿੰਘ ਦੇ ਵੱਲੋਂ ਬਣਾਏ ਗਏ ਇਸ ਗਰੁੱਪ ਦੇ ਵਿੱਚ ਇਹ ਸਾਰੀ ਘਟਨਾ ਵਾਪਰੀ। ਪਰਮਿੰਦਰਪਾਲ ਸਿੰਘ ਵੱਲੋਂ ਬਣਾਏ ਗਏ DSGMC ਨਿਊਜ਼ ਨਾਂ ਦੇ ਵਟਸਐਪ ਗਰੁੱਪ ਦੇ ਵਿੱਚ, ਜਿਸ ਵਿੱਚ ਮਨਜੀਤ ਸਿੰਘ ਜੀਕੇ ਦੀ ਪ੍ਰੋਫਾਈਲ ਤੇ ਫੋਟੋ ਲੱਗੀ ਹੋਈ ਹੈ, ਉਸ ਵਿੱਚ ਮੰਗਲਵਾਰ ਦੁਪਹਿਰ ਕਰੀਬ 3:45 ਵਜੇ ਅਕਾਲੀ ਦਲ ਦੇ ਤਰਲੋਚਨ ਸਿੰਘ ਨਾਂ ਦੇ ਇੱਕ ਮੈਂਬਰ ਨੇ ਇੱਕ ਕੁੜੀ ਦੀ ਅਸ਼ਲੀਲ ਫੋਟੋ ਪਾ ਦਿੱਤੀ, ਜਿਸ ਤੇ ਤੁਰੰਤ ਪ੍ਰਤੀਕਰਮ ਦਿੰਦਿਆਂ ਤਰੁਣ ਕਾਲੜਾ ਨਾਂ ਦੇ ਇੱਕ ਪੱਤਰਕਾਰ ਨੇ ਲਿਖਿਆ ਕਿ ਬਸ ਯਹੀ ਬਾਕੀ ਥਾ ਗਰੁੱਪ ਮੇ ਹੋਣਾ, ਸ਼ਰਮਨਾਕ ਹੈ। ਇਸ ਤੋਂ ਇਲਾਵਾ ਇੱਕ ਹੋਰ ਮੈਂਬਰ ਨੇ ਅਸ਼ਲੀਲ ਫੋਟੋ ਦਾ ਵਿਰੋਧ ਕਰਕੇ ਲਿਖਿਆ, ਘੱਟੋ ਘੱਟ ਗਰੁੱਪ ਦੀ ਮਰਿਆਦਾ ਤਾਂ ਬਣਾ ਕੇ ਰੱਖੋ। ਫਿਰ ਅਸ਼ਲੀਲ ਫੋਟੋ ਪਾਉਣ ਵਾਲੇ ਤਰਲੋਚਨ ਸਿੰਘ ਨੇ ਮਾਫ਼ੀ ਮੰਗਦੇ ਹੋਏ ਗੱਲ ਆਪਣੇ ਡਰਾਈਵਰ ਤੇ ਸੁੱਟ ਦਿੱਤੀ। ਲਿਖਿਆ ਕਿ ਮਾਫ਼ੀ ਮੰਗਦਾ ਹਾਂ, ਮੇਰੇ ਡਰਾਈਵਰ ਵੱਲੋਂ ਗਲਤ ਸੁਨੇਹਾ ਭੇਜਿਆ ਗਿਆ। ਅਖੀਰ ਉਸ ਤੋਂ ਬਾਅਦ 3:19 ਤੇ ਪਰਮਿੰਦਰਪਾਲ ਸਿੰਘ ਨੇ ਮਾਫ਼ੀ ਮੰਗਦੇ ਹੋਇਆਂ ਗਰੁੱਪ ਦੇ ਵਿੱਚ ਲਿਖਿਆ, ਗਰੁੱਪ ਦਾ ਐਡਮਿਨ ਹੋਣ ਦੇ ਨਾਤੇ ਮੈਂ ਸਾਰਿਆਂ ਕੋਲੋਂ ਮਾਫ਼ੀ ਮੰਗਦਾ ਹਾਂ। ਬਾਅਦ ਵਿੱਚ ਉਹਨਾਂ ਲਿਖਿਆ ਕਿ ਤਰਲੋਚਨ ਸਿੰਘ ਜੀ ਸਾਰੀ ਚੈਟ ਡਿਲੀਟ ਕਰ ਚੁੱਕੇ ਹਨ, ਇਸ ਲਈ ਫੋਟੋ ਨਹੀਂ ਹਟਾਈ ਜਾ ਸਕਦੀ। ਗਰੁੱਪ ਵਿੱਚ ਪੱਤਰਕਾਰਾਂ ਸਣੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਅਹੁਦੇਦਾਰ, ਮਨਜੀਤ ਸਿੰਘ ਜੀਕੇ ਦੇ ਕਈ ਹਮਾਇਤੀ ਅਤੇ ਪੁਲਿਸ ਮਹਿਕਮੇ ਨਾਲ ਸੰਬੰਧਿਤ 224 ਦੇ ਕਰੀਬ ਮੈਂਬਰ ਜੁੜੇ ਹੋਏ ਸਨ, ਜਿਨ੍ਹਾਂ ਵਿੱਚ ਮਨਜੀਤ ਸਿੰਘ ਜੀਕੇ, ਅਕਾਲੀ ਦਲ ਦੇ ਕੁਝ ਸਾਬਕਾ ਕੌਂਸਲਰ ਅਤੇ ਕਈ ਅਹਿਮ ਅਹੁਦੇਦਾਰ ਵੀ ਸ਼ਾਮਲ ਹਨ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।